ਇਹ ਜੋ ਨਸ਼ਿਆਂ ਦਾ ਕੰਮ ਹੈ ਜੋ ਆਮ ਆਦਮੀ ਕਹਿੰਦੇ 4 ਮਹੀਨੇ ਅੱਜ ਮੈਂ ਖਤਮ ਕਰ ਦੂੰ ਮੈਂ ਇਹ 4 ਹਫ਼ਤਿਆਂ ਦੇ ਵਿੱਚ ਆਲੇ ਲੱਕ ਤੋੜ ਕੇ ਛੱਡੂ ਜੋ ਭ੍ਰਿਸ਼ਟਾਚਾਰ ਹੈ ਇਸ ਦੇਸ਼ ਦੇ ਵਿੱਚ ਇਹ ਬੱਚਾ ਕੋਈ ਪਟਵਾਰਖਾਨਾ ਥਾਣਾ ਕੋਈ ਤਹਿਸੀਲ ਦੇ ਵਿੱਚ ਨਹੀਂ ਜਾ ਸਕਦਾ ਉਹ ਭ੍ਰਿਸ਼ਟਾਚਾਰ ਮੈਂ ਖਤਮ ਕਰਕੇ ਛੱਡੂ ਹਰ ਪਿੰਡ ਦੇ ਵਿੱਚ ਸਾਡੇ ਬੱਚੇ ਬੈਠੇ ਨੇ ਜਿਨ੍ਹਾਂ ਨੂੰ ਨੌਕਰੀਆਂ ਨਹੀਂ ਹੈ ਕੋਈ ਪੜ੍ਹੇ ਲਿਖੇ ਨੇ ਕੋਈ ਕੁਛ ਪੜ੍ਹੇ ਨੇ ਕੋਈ ਬੜੇ ਪੜ੍ਹੇ ਨੇ ਇਹ ਮੇਰੇ ਹੈ ਕਿ ਪਹਿਲਾਂ ਮੈਂ ਪੂਰਾ ਜ਼ੋਰ ਲਾ ਦੂੰਗਾ ਉਹਨਾਂ ਨੂੰ ਨੌਕਰੀਆਂ ਦਵਾਉਣ ਦਾ ਔਰ 2 ਸਾਲਾਂ ਦੇ ਵਿੱਚ ਅਸੀਂ ਇਹ ਪੂਰੇ 13,000 ਅਸੀਂ ਪੂਰੇ ਸਮਾਰਟ ਸਕੂਲ ਸਾਡੇ ਬਣ ਜਾਣ ਜਾਂ ਕਹਿਣਾ ਕਿ ਮੈਂ ਨਵੇਂ ਸਕੂਲ ਦੇ ਦਿੱਤੇ ਮੇਰੇ 5,500 ਸਕੂਲ ਮੈਂ ਸਮਾਰਟ ਸਕੂਲ ਬਣਾਏ ਨੇ ਪੰਜਾਬ ਔਰ ਇੱਥੇ ਇਹ 2 ਲੱਖ ਦੀ ਗੱਲ ਕਰਦਾ ਮੈਂ ਤਾਂ 11 ਲੱਖ ਦੇ ਚੁੱਕੇ ਹਾਂ ਨੌਕਰੀਆਂ ਪੰਜਾਬ ਦੇ ਵਿੱਚ ਕਈਆਂ ਨੇ ਆੜਤੀਆਂ ਤੋਂ ਲਿੱਤੇ ਹੋਏ ਨੇ ਇਹ 3 ਦੇ ਜਿਹੜਾ ਤੁਹਾਡਾ ਕਰਜ਼ਾ ਹੈ ਅਸੀਂ ਦੇਵਾਂਗੇ ਪੰਜਾਬ ਸਰਕਾਰ ਦੇਊਗੀ ਤੁਹਾਨੂੰ ਪੇ ਕਰਨ ਦੀ ਲੋੜ ਨਹੀਂ